ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ। ਲੁਧਿਆਣਾ ਦੇ ਪਿੰਡ ਸੁਨੇਤ ਵਿੱਚ ਜ਼ਹਿਰੀਲੀ ਖਿਚੜੀ ਖਾਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ, ਜਦਕਿ ਉਹਨਾਂ ਦੇ ਦੋ ਵੱਡੇ ਭਰਾ ਅਤੇ ਮਾਂ ਹਸਪਤਾਲ ਵਿੱਚ ਭਰਤੀ ਨੇ। ਪੁਲਿਸ ਨੇ ਮੌਕੇ ਦਾ ਮੁਆਇਨਾ ਕਰਕੇ ਖਿਚੜੀ ਦੇ ਸੈਂਪਲ ਕਬਜ਼ੇ ਵਿੱਚ ਲੈ ਲਏ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ। ਪਰਿਵਾਰ ਦੇ ਮੁਤਾਬਕ ਸ਼ਾਮ ਕਰੀਬ 4 ਵਜੇ ਉਹਨਾਂ ਨੇ ਖਿਚੜੀ ਬਣਾਈ ਸੀ, ਜਿਸ ਨੂੰ ਦਿਨ ਅਤੇ ਰਾਤ ਵੇਲੇ ਉਹਨਾਂ ਨੇ ਦਹੀਂ ਦੇ ਨਾਲ ਖਾਧਾ ਸੀ। ਇਸ ਦੇ ਬਾਅਦ ਰਾਤ ਵਿੱਚ ਪਰਿਵਾਰ ਨੂੰ ਉਲਟੀਆਂ ਸ਼ੁਰੂ ਹੋ ਗਈਆਂ। ਸੂਚਨਾ ਮਿਲਣ 'ਤੇ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਅਤੇ ਖਿਚੜੀ ਦੇ ਸੈਂਪਲ ਲੈ ਲਏ ਨੇ। ਖਿਚੜੀ ਦਹੀਂ ਖਾਏ ਤੇ 12 ਵਜੇ ਸੇ ਰਾਤ ਗਿਆ ਤੇ ਛੋਟੇ ਵਾਲੇ ਬੱਚੇ ਕੋ ਉਲਟੀ ਹੁਆ, ਉਸਕੇ ਬਾਅਦ ਇਹ ਬੱਚਾ ਜੋ ਖਤਮ ਹੁਆ ਇਸਕੋ ਹੁਆ, ਉਸਕੇ ਬਾਅਦ ਹਮਾਰੇ ਕੋ ਹੁਆ, ਉਸਕੇ ਬਾਅਦ ਦੋਨੋਂ ਬੜੇ ਵਾਲੇ ਕੋ ਹੁਆ, ਉਸਕੇ ਬਾਅਦ ਘਰ ਵਾਲੇ ਕੋ ਹੁਆ। ਲਾਸਟ ਮੇਂ ਮੈਂ ਗਿਆ ਤਾਂ ਸਰ ਬੱਚੇ ਕੋ ਭਰਤੀ ਲਿਏ ਥੇ ਉਹਨੇ ਗਲੂਕੋਜ ਲਗਾਏ ਹੈ, ਉਸਕੇ ਬਾਅਦ ਉਹਨਾਂ ਨੇ ਬੋਲਤੇ ਇਸਕੋ ਪਾਣੀ ਪਿਲਾਓ, ਕੇਲਾ ਖਿਲਾਓ, ਜੂਸ ਪਿਲਾਓ, ਔਰ ਗਲੂਕੋਜ ਹੱਥ ਮੇਂ ਲਗਾ ਹੁਆ ਹੈ ਔਰ ਉਸਕੋ ਖਾਣੇ ਕੇ ਲਿਏ ਉਨਕੋ ਬੋਲ ਦੀਏ। ਬੱਚੇ ਅਭੀ ਦੋ ਹੈ ਜੀ, ਹਾਂਜੀ ਡਾਕਟਰ ਤਾਂ ਅਭੀ ਉਸਕੋ ਆਕਸੀਜਨ ਵਗੈਰਾ ਲਗਾਏ ਹੈ, ਸਹੀ ਹੈ ਅਭੀ, ਅਭੀ ਇਧਰ ਆਇਆ ਹੂੰ, ਪਤਾ ਨਹੀਂ ਸਰ ਕਿਆ ਹੈ, ਕਿਆ ਕਾਰਨ, ਖਾਣੇ ਮੈਂ ਐਸਾ ਕਿਆ ਥਾ ਕਿ ਜੋ ਐਸਾ ਹੁਆ ਯੇ। ਪਤਾ ਹੀ ਨਹੀਂ ਲਗਾ ਸਰ ਕਿਆ ਥਾ ਖਾਣੇ ਮੇਂ, ਕੁਛ ਸਮਝ ਹੀ ਨਹੀਂ ਆਤਾ, ਰਿਪੋਰਟ ਮੇਂ ਲਗਾ ਤੋ ਪਤਾ ਲਗੇਗਾ ਸਰ, ਖਾਣਾ ਲੈ ਕੇ ਗਏ ਹੈ ਚੈੱਕ ਕਰਾਣੇ ਕੇ ਲਈ। ਪੁਲਿਸ ਲੈ ਕੇ ਖਾਣਾ, ਹਾਂਜੀ ਹਾਂ, ਪੁਲਿਸ ਦਾ ਕਿਆ ਕਹਿਣਾ ਹੈ, ਹਾਂਜੀ ਪੁਲਿਸ ਦਾ ਕਿਆ ਕਹਿਣਾ ਹੈ, ਅਬ ਉਧਰ ਸੇ ਰਿਪੋਰਟ ਆਏਗਾ ਤੋ ਪਤਾ ਲਗੇਗਾ ਸ਼ਾਮ ਕੋ। ਲੁਧਿਆਣਾ ਤੋਂ ਕੁਲਬੀਰ ਰਾਹੀ ਦੀ ਰਿਪੋਰਟ, ਏਟੀਵੀ ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।